ਐਡ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਹੋਈਆਂ ਅਹਿਮ ਵਿਚਾਰਾਂ। ਤਰਨ ਤਾਰਨ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਨੇ ਨਾਲ ਤੁਰਨ ਨਾਲ ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਤਾਕਤ ਵਿੱਚ ਹੋਰ ਹੋਇਆ ਵਾਧਾ। ਬੀ ਐਡ ਅਧਿਆਪਕ ਫਰੰਟ ਪੰਜਾਬ ਨੇ ਹਮੇਸ਼ਾ ਹੀ ਅਧਿਆਪਕਾਂ ਦੇ ਹਿੱਤਾਂ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਸਾਂਝੇ ਸੰਘਰਸ਼ਾਂ ਵਿੱਚ ਵੱਧਵੀਂ ਸ਼ਮੂਲੀਅਤ ਕਰੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਅੱਜ ਮੋਗੇ ਵਿਖੇ ਹੋਈ ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਅੱਜ ਦੇ ਇਸ ਅਤਿ ਨਾਜ਼ੁਕ ਦੌਰ ਵਿੱਚ ਸਰਕਾਰਾਂ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਆਰਥਿਕ ਹੱਲਿਆਂ ਨੇ ਨੂੰ ਮੋੜਾ ਦੇਣ ਲਈ ਸਾਂਝੇ ਸੰਘਰਸ਼ ਸਮੇਂ ਦੀ ਜ਼ਰੂਰਤ ਹਨ। ਇਸੇ ਲਈ ਬੀ ਐਡ ਅਧਿਆਪਕ ਫਰੰਟ ਸਾਂਝੇ ਅਧਿਆਪਕ ਮੋਰਚੇ ਵਿੱਚ ਬਤੌਰ ਕਨਵੀਨਰ ਅਤੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਿੱਚ ਆਜ਼ਾਦ ਜਥੇਬੰਦੀ ਦੇ ਤੌਰ 'ਤੇ ਸਾਂਝੇ ਘੋਲਾਂ ਵਿੱਚ ਆਪਣੀ ਵੱਧਵੀਂ ਸ਼ਮੂਲੀਅਤ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮੋਹਰੀ ਰੋਲ ਅਦਾ ਕਰੇਗਾ। ਸੂਬਾ ਸਕੱਤਰ ਸੁਰਜੀਤ ਰਾਜਾ ਅਤੇ ਜੁਆਇੰਟ ਸਕੱਤਰ ਸੰਤ ਸੇਵਕ ਸਿੰਘ ਸਰਕਾਰੀਆ ਨੇ ਦੱਸਿਆ ਕਿ ਬੀ ਐਡ ਅਧਿਆਪਕ ਫਰੰਟ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਾ ਹੱਕ ਦਿਵਾਉਣ ਲਈ ਗਠਿਤ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਹਰ ਐਕਸ਼ਨ ਵਿੱਚ ਮੋਹਰੀ ਰੋਲ ਅਦਾ ਕਰਦਾ ਹੈ। ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫਿਰ ਉਡਾਰੀਆਂ ਮਾਰਦੇ ਨੇ। ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫਿਰ ਉਡਾਰੀਆਂ ਮਾਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਡੀ ਬੀ ਐਡ ਫਰੰਟ ਤੋਂ ਮੈਂ ਕੁਝ ਇਹੋ ਜਿਹੀਆਂ ਮਿੱਠੀਆਂ ਅੱਧੀਆਂ ਗੱਲਾਂ ਯਾਦ ਕਰਦਾ ਔਰ ਸਾਰਿਆਂ ਨੂੰ ਦੱਸਦੇ ਹਾਂ। ਸਾਡੇ ਸਾਥੀ ਪਹਿਲਾਂ ਵੀ ਜਿਹੜੇ ਮਾੜੇ ਨੇ, ਸਾਡੇ ਸਾਥੀ ਇਹ ਵੀ ਨਹੀਂ ਮਾੜੇ, ਪਰ ਕਿਤੇ ਨਾ ਕਿਤੇ ਕੋਈ ਤਤਕਾਰ ਜਾਂ ਕਿਤੇ ਗਲਤੀ ਕਰ ਜਾਂਦੇ ਆ। ਉਸ ਕਰਕੇ ਉਹ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਵੀ ਉਹ ਆਪਣੇ 'ਚ ਵੀ ਉਹ ਸਾਰੇ ਸਾਥੀਆਂ 'ਚ ਜਾਂ ਮੇਰੇ 'ਚ ਵੀ ਉਹ ਨਾ ਹੋਣ। ਅਸਲ ਸਵਾਲ ਇਹ ਸੀ, ਸਾਡੇ ਸਾਥੀ ਜਿਹੜੇ ਬਿਲਡਿੰਗ ਦੇ ਵਿੱਚ ਚਲੋ ਰਹਿ ਗਏ ਸੀ, ਮੈਂ ਥੋੜ੍ਹੀ ਜਿਹੀ ਗੱਲ ਦੱਸਦਾ ਹੈ। ਉਹ ਅਸੀਂ ਸਾਡੇ ਪ੍ਰਧਾਨ ਸਾਹਿਬਾਂ ਨਾਲ ਗੱਲ ਕੀਤੀ, ਉਹ ਆਉਂਦੇ ਇਹ ਤਾਂ ਕੋਈ ਮਸਲਾ ਨਹੀਂ, ਕੋਈ ਮੁਸ਼ਕਿਲ ਹੈ, ਪਰ ਇਹੋ ਜਿਹੇ ਸਾਡੇ ਆਮਦ ਕਾਰਡ ਗੱਲ ਵੀ ਜਿਹਨਾਂ ਬੰਦਿਆਂ ਦਾ ਨਾਂ ਇੱਥੇ ਵੀ ਹੈ ਨਹੀਂ, ਪਰ ਉਹ ਬੰਦੇ ਵੀ ਆ ਗਏ, ਉਹਨਾਂ ਨੇ ਬੜਾ ਸਿਸਟਮ ਉੱਥੇ ਜਾ ਕੇ ਖੜਾ ਕਰ ਲਿਆ। ਕਿਤੇ ਨਾ ਕਿਤੇ ਐਂ ਕਹਿ ਸਕਦੇ ਹਾਂ ਵੀ ਮਤਲਬ ਉਹਨੂੰ ਬੇਟੀ ਕਹਿ ਲਓ, ਪਰ ਉਹਨਾਂ ਨੂੰ ਪਹਿਲੀ ਵਾਰ ਬੁਲਾਇਆ ਜਾਂਦਾ ਸਰਕਾਰ ਵੱਲੋਂ ਆਰਡਰ ਦੇਣ ਵਾਸਤੇ, ਦੁਬਾਰਾ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ। ਪਰ ਜਦੋਂ ਕਿਤੇ ਗੱਲ ਕਰੀ ਜਾਂਦੀ ਹੈ ਦੁਨੀਆ ਤੌਰ 'ਤੇ, ਯਾਰ ਉਹਨਾਂ ਬੰਦਿਆਂ ਨੂੰ ਬੁਲਾਇਆ ਨਹੀਂ ਗਿਆ, ਆਪਾਂ ਤਾਂ ਕਹਿੰਦੇ ਇਹਨੂੰ ਮਸਲਾ ਹੱਲ, ਉਹ ਇਹਦਾ ਨਹੀਂ ਹੋਣਾ। ਅੱਛਾ, ਜਦੋਂ ਸਰਕਾਰ ਨਾਲ ਜਾ ਕੇ ਡੀਪੇ ਨਾਲ ਗੱਲ ਕਰਦੇ ਜਾ ਕੇ, ਉਹ ਆਹਦੇ ਤੋਂ ਡੀ ਫਾਰ ਹੋ ਗਏ, ਉਹਦੇ ਕਹਾਂਗੇ ਤੁਸੀਂ ਪਹਿਲਾਂ ਕਹੋ ਨਹੀਂ ਦੱਸਿਆ, ਉਹ ਪਹਿਲਾਂ ਤਾਂ ਅਸੀਂ ਪ੍ਰਧਾਨਾ ਮੰਗਣੀ ਫਿਰਦੇ ਰਹੇ। ਮੇਰਾ ਸਵਾਲ ਹੈ ਤੁਹਾਨੂੰ ਅੰਦਰਲੀ ਗੱਲ ਦੱਸਣ ਦਾ ਵੀ ਬਾਈ ਜੀ ਚਰਨ ਵਿੱਚ ਬੈਠੇ ਆ, ਇੱਧਰ ਬਾਈ ਜੀ ਬੈਠੇ ਆ, ਜੇ ਕਹਿੰਦੇ ਨਹੀਂ ਉਹਨਾਂ ਦੀ ਗੱਲ, ਜੇ ਤੁਸੀਂ ਲੀਡਰ ਦੀ ਗੱਲ ਕਦੋਂ ਸੁਣੋਗੇ, ਜਦੋਂ ਸਾਡੇ ਕੋਈ ਸੂਬਾ ਕਮੇਟੀ ਮੈਂਬਰ ਹੈ ਇਹ ਸਾਡੇ ਹਰਮੀਤ ਸਿੰਘ ਬਾਜਾਖਾਨਾ ਤੋਂ ਛਾਲ ਮਾਰਤੀ ਸੀ ਕਿ ਉਹ ਸਾਡੀ ਗੱਲ ਨਹੀਂ ਸੁਣਨੀ। ਨਛੱਤਰ ਸਿੰਘ ਯਾਦਗਾਰੀ ਹਾਲ 'ਚ ਇਕੱਠੇ ਹੋਏ ਆ, ਬੜੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਇਸ ਜਗ੍ਹਾ, ਇਹ ਮੋਗੇ ਦੀ ਧਰਤੀ ਜਿਹੜੀ ਕਿ ਆਮ ਤੌਰ 'ਤੇ ਲਿਖਾਰੀਆਂ ਲਈ ਜਾਣੀ ਜਾਂਦੀ ਹੈ, ਸ਼ਿਕਾਰ ਸਿੰਘ ਸਾਥੀਆਂ ਲਈ ਜਾਣੀ ਜਾਂਦੀ ਹੈ, ਕਿ ਅੱਜ ਅਸੀਂ ਬੀ ਐਡ ਫਰੰਟ ਦੀ ਮੀਟਿੰਗ ਮੋਗੇ ਦੇ ਵਿੱਚ ਕਰ ਰਹੇ ਹਾਂ, ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਅਤੇ ਦੂਜੀ ਖੁਸ਼ੀ ਦੀ ਵੀ ਗੱਲ ਹੈ ਕਿ ਸਾਡੇ ਨਾਲ ਅੱਜ ਉਹ ਜ਼ਿਲ੍ਹੇ ਜੁੜੇ ਆ ਜਿਹੜੇ ਕਿ ਸਾਥੋਂ ਭਾਵੇਂ ਅਸੀਂ ਦਿਲੋਂ ਇੱਕ ਸੀਗੇ, ਸੋਸ਼ਲ ਮੀਡੀਆ 'ਤੇ ਵੀ ਅਸੀਂ ਇੱਕ ਸੀਗੇ, ਪਰ ਸਾਡੀ ਵਿਚਾਰਧਾਰਾ ਚੱਲ, ਇਹ ਤਾਂ ਤੁਸੀਂ ਕਹਿੰਦੇ ਘਰ 'ਚ ਵੀ ਜੇ ਦੋ ਮੈਂਬਰ ਆ ਚੇਅਰਮੈਨ ਵੱਲੋਂ ਵਿਚਾਰਧਾਰਾ ਨਹੀਂ ਚੱਲਦੀ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਕੋਸ਼ਿਸ਼ਾਂ ਕੀਤੀਆਂ, ਪ੍ਰਮੁੱਖਰ ਜੀ ਹੈ, ਸੁਰਜੀਤ ਜੀ ਹੈ, ਗੁਰਪੁਰ ਜੀ ਹੈ, ਸਾਰੇ ਸਾਥੀਆਂ ਨੇ, ਗੁਰਜਾ ਜੀ ਨੇ, ਉਹ ਜਿਹੜੀਆਂ ਕੋਸ਼ਿਸ਼ਾਂ ਅੱਜ ਖਤਮ ਹੋਈਆਂ ਕਿ ਸਾਡੇ ਨਾਲ ਉਹ ਜ਼ਿਲ੍ਹੇ ਜਿਹਨਾਂ ਨੂੰ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਨਾਲ ਚੱਲਣਗੇ, ਉਹ ਜਿਹੜੇ ਸਾਡੇ ਨਾਲ ਚੱਲੇ ਆ, ਕਿਉਂਕਿ ਮੈਂ ਬੁਲਾਰੇ ਬਹੁਤ ਜ਼ਿਲ੍ਹਾ ਤਾਂ ਬਹੁਤ ਕਰਨ ਦਿਲ ਕਰਦਾ, ਪਰ ਮੈਂ 2 ਮਿੰਟ ਹੀ ਲੈਣੇ ਆ। ਜੇਕਰ ਆਪਾਂ ਬੀ ਐਡ ਫਰੰਟ ਦੀ ਗੱਲ ਕਰੀਏ ਤਾਂ ਇਹਦਾ ਬਹੁਤ ਸਾਨਾ ਬੱਚੀ ਇਤਿਹਾਸ ਹੈ।
1972 ਦੇ ਵਿੱਚ 1970 ਦੇ ਵਿੱਚ ਬੇਰੁਜ਼ਗਾਰੀ ਅਟਾਰ ਦੇ ਸਾਥੀਆਂ ਨਾਲ ਜੇਲ੍ਹ ਭਰ ਅੰਦੋਲਨ ਵੀ ਕਰੇ ਆ, ਜੇਲ੍ਹਾਂ 'ਚ ਵੀ ਰਹੇ ਆ, ਵਰਤ ਵਰਤ ਰੱਖੇ ਆ। ਅਤੇ ਮੈਂ ਜੇ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਸਾਡਾ ਜ਼ਿਲ੍ਹਾ ਭਾਵੇਂ ਬਹੁਤ ਛੋਟਾ ਹੈ ਰੋਪੜ, ਪਰ ਅਸੀਂ ਕਦੇ ਬੀਐਡ ਪ੍ਰਾਂਤ ਨੂੰ ਪਿੱਠ ਨਹੀਂ ਦਿਖਾਈ। ਜਿਵੇਂ ਸਾਥੀ ਜੀ ਨੇ ਗੁਰਦਿਆਲ ਜੀ ਨਾਲ ਗੱਲ ਕਰੀ, ਮੈਨੂੰ ਗੁੱਸਾ 'ਚ ਲੱਗਿਆ, ਮੇਰਾ ਘਰ ਬਲਵਿੰਦਰ ਜੀ ਬੈਠੇ, ਮੈਂ ਬੈਠਾ, ਅਸੀਂ ਤਰੀਕਾਂ ਦੇ ਵਿੱਚ ਬਲਵਿੰਦਰ ਜੀ ਦਾ ਫੋਨ ਆਉਂਦਾ ਸੀਗਾ, ਕਦੇ ਨਾਂ ਨਹੀਂ ਕਰੀ। ਮੇਰਾ ਘਰ ਅਸੀਂ ਬਲਵਿੰਦਰ ਜੀ ਬੈਠੇ, ਪ੍ਰੇਮ ਜੀ ਬੈਠੇ, ਸਾਡੇ ਹੋਰ ਵੀ ਸਾਥੀ ਆ, ਜੇ ਕਹਿੰਦੇ ਨੇ ਵੀ ਅਸੀਂ ਜਾਂਦੇ ਰਹੇ ਹਾਂ, ਮੇਰਾ ਘਰ ਮੈਂ ਵੀ ਕੋਈ ਤਰੀਕ ਨਹੀਂ ਛੱਡੀ ਹੋਈ ਹਾਈ ਕੋਰਟ। ਮੈਂ ਜੇ ਬੀ ਐਡ ਫਰੰਟ ਦੀ ਗੱਲ ਕਰਾਂ, ਮੈਂ 1997 'ਚ ਬੀ ਐਡ ਕੀਤੀ ਸੀ, 1998 ਦੇ ਵਿੱਚ ਫਤਿਹਗੜ੍ਹ ਦੇ ਬੈਠੇ ਆ, ਜਗਤਾਰ ਖਮਾਣੋ ਜੀ ਨਾਲ ਮੈਂ ਕੰਮ ਕਰਿਆ। ਉਸ ਤੋਂ ਬਾਅਦ ਸੁਖਜਿੰਦਰ ਸਿੰਘ ਖੇਡਕੀ ਜਦੋਂ ਸਪਾਰਕ ਪ੍ਰਧਾਨ ਬਣਾਇਆ, ਸੰਦਰਸ਼ ਨੂੰ ਬਣਾਇਆ, ਮਿਲਗਾ ਜੀ ਨੂੰ ਬਣਾਇਆ, ਮੈਂ ਆਪਣੇ ਆਪ ਨੂੰ ਸਮਝਦਾ ਕਿ ਜਿੰਨੇ ਵੀ ਪ੍ਰਧਾਨਗੀ ਦੀ ਚੋਣ ਹੋਈ ਆ ਉਹ ਮੇਰੇ ਸਾਹਮਣੇ ਹੀ ਬੰਦੇ ਹਾਜ਼ਰ ਸੀਗਾ। ਮੇਰੇ ਕੰਮ ਬਾਰੇ ਤੁਸੀਂ ਆਪਣਾ ਖਮਾਣੋ ਜੀ ਨੂੰ ਪੁੱਛ ਲਿਓ, ਖੇਡਕੀ ਨੂੰ ਪੁੱਛ ਲਿਓ, ਪਟਿਆਲੇ ਸਾਥੀ ਬੈਠੇ ਆ, ਵਾਰਨ ਵਾਰ ਚੱਲਿਆ। ਸਾਡਾ ਜ਼ਿਲ੍ਹਾ ਛੋਟਾ ਸੀਗਾ ਪਰ 17 ਸੈਕਟਰ ਦੇ ਵਿੱਚ ਸਭ ਤੋਂ ਪਹਿਲਾਂ ਰੋਪੜ ਵਾਲਿਆਂ ਦਾ ਅਤੇ ਪਟਿਆਲੇ ਵਾਲਿਆਂ ਦਾ ਪੂਰਾ ਟੈਂਟ ਸੀਗਾ, ਜਿਹੜਾ ਲੰਗਰ ਦਾ ਪ੍ਰਬੰਧ ਸੀਗਾ ਸਾਡੇ ਜ਼ਿਲ੍ਹੇ ਦਾ ਸੀਗਾ। ਮੈਂ ਆਪਣੇ ਖੁਦ ਘਰ ਤੋਂ ਭਾਂਡੇ ਪਤੀਲੇ ਆਟਾ ਲੈ ਕੇ ਸੀਗਾ। ਮੈਂ ਕੋਈ ਬਾਬੂ ਗੱਲ ਨਹੀਂ ਕਰਦਾ ਪਰ ਫਿਰ ਵੀ ਮਾਣ ਲੱਗਿਆ ਵੀ ਅਸੀਂ, ਮੈਂ ਮੈਨੂੰ ਵੀ ਬਹੁਤ ਔਖਰਾ ਆਈਆਂ। ਜੀ ਟੀ ਵਾਲੇ ਕਹਿੰਦੇ ਜ਼ਿਲ੍ਹੇ ਦਾ ਸਕੱਤਰ ਲੱਗ ਜਾ, ਪੀ ਜੇ ਹੋਰ ਜਾਂਦੇ ਵੀ ਤੁਸੀਂ ਮਤਲਬ ਅਸੀਂ ਜਿਹੜਾ ਉਹਦਾ ਖੇੜੀ ਸਾਹਿਬ ਤੁਸੀਂ ਚਾਹੁੰਦੇ ਲੈ ਲਓ, ਪਰ ਨਹੀਂ, ਮੈਨੂੰ ਮਾਣ ਇਹ ਮਹਿਸੂਸ ਹੁੰਦਾ ਕਿ ਅਸੀਂ ਬੀ ਐਡ ਗ੍ਰਾਂਟ ਦੇ ਵਿੱਚ ਬਹੁਤ ਕੁਛ ਕੱਟਿਆ। ਸਾਡੀਆਂ ਜਿਵੇਂ ਪ੍ਰਾਪਤੀਆਂ ਹੋਈਆਂ, ਅਸੀਂ ਰੈਗੂਲਰ ਹੋਏ ਹਾਂ, ਜਿਹੜੀ ਸਾਡੇ 14,000 ਦੀ ਭਰਤੀ ਹੋਈ ਅਸੀਂ ਢੰਗ ਨਾਲ ਕਰਾ ਸਕੇ ਹਾਂ। ਜਿਹੜਾ ਪੈਨਸ਼ਨ ਦਾ ਮੁੱਦਾ ਜਿਵੇਂ ਜਨਾਬ ਜੀ ਦੱਸਿਆ, ਹੁਣ ਦੁਬਾਰੇ ਦੱਸਿਆ, ਉਹ ਪੈਨਸ਼ਨ ਦਾ ਜੇਕਰ ਮੁੱਦਾ ਚੁੱਕਿਆ ਤਾਂ ਸਾਡੇ ਸਾਥੀ ਜਸਵੀਰ ਸਿੰਘ ਕਰਾਣਾ ਮੇਰੇ ਨਾਲ ਦੇ ਆ, ਸੰਗੀਤ ਰਾਜਾ ਜੀ ਸਸਵਾਲ ਬੈਠੇ ਆ, ਉਹ ਅਸੀਂ ਪੁਰਾਣੇ ਸਾਥੀਆਂ ਨੂੰ ਉਹ ਵੀ ਸਮਝ ਲਓ ਉਹਨਾਂ ਨੇ। ਤਲਵਾੜਾ ਜੀ ਦਾ ਅਸੀਂ ਬਹੁਤ ਵਧਾਈ ਦੇ ਪਾਤਰ ਹਾਂ, ਜਿਹਨਾਂ ਨੂੰ ਮੁੱਦਾ ਜਿਹੜਾ ਪੈਨਸ਼ਨ ਦਾ 7-8 ਸਾਲਾਂ ਤੋਂ ਲਗਾਤਾਰ ਚੱਕ ਰਹੇ ਆ, ਅੱਜ ਉਹ ਪੰਜਾਬ ਦੇ ਵਿੱਚ ਇੱਕ ਨੰਬਰ ਦਾ ਮੁੱਦਾ ਬਣ ਗਿਆ। ਸਾਰੇ ਜਥੇਬੰਦੀਆਂ ਜਿਹੜੇ ਪੈਨਸ਼ਨ ਨੂੰ ਪਿੱਛੇ ਰੱਖ ਕੇ ਅਸੀਂ 10ਵੇਂ 12ਵੇਂ ਨੰਬਰ 'ਤੇ, ਹੌਲੀ ਹੌਲੀ ਕਿਸਕਦਾ ਦੂਜੇ ਤੀਜੇ ਅੱਜ ਜਿਹੜੇ ਮੋਹਾਲੀ ਰੈਲੀ ਆ, ਪਹਿਲੇ ਨੰਬਰ 'ਤੇ ਪੈਨਸ਼ਨ ਦਾ ਮੁੱਦਾ ਆ ਗਿਆ। ਇਹ ਬੀ ਐਡ ਦੀ ਬਹੁਤ ਵੱਡੀ ਪ੍ਰਾਪਤੀ ਆ। ਸੋ ਮੈਂ ਬਹੁਤ ਮੁਬਾਰਕ ਹੋਇਆ ਜਿਹੜੇ ਸਾਥੀ ਅੱਜ ਨਵੇਂ ਸ਼ਾਮਲ ਹੋਇਆ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਅਤੇ ਅੱਜ ਸ਼ਹੀਦਾਂ ਦੀ ਧਰਤੀ ਤੁਸੀਂ ਨਛੱਤਰ ਦੀ ਯਾਦਗਾਰੀ ਹਾਲ 'ਚ ਬੈਠੇ ਆ, ਅਤੇ ਉਹ ਪ੍ਰਣ ਕਰਕੇ ਜਾਣਾ ਕਿ ਜਿਹੜਾ ਤੁਸੀਂ ਆਉਣ ਵਾਲਾ ਸਮਾਂ ਆਪਣੇ ਦਿਲ ਜਾਨ ਨਾਲ ਲਾਉਣਾ, ਇਮਾਨਦਾਰੀ ਨਾਲ ਲਾਉਣਾ। ਸਾਡੇ ਦੇ ਜਿਵੇਂ ਬਿਲਗਾ ਜੀ ਨੇ ਬਹੁਤ ਵਧੀਆ ਮਿਹਨਤ ਕੀਤੀ ਆ, ਚਾਹੇ ਕੋਰਟ ਕੇਸਾਂ ਦੀ ਹੋਵੇ, ਹੋਰ ਹੋਵੇ, ਉਸ ਤੋਂ ਪਹਿਲਾਂ ਵੀ ਪ੍ਰਧਾਨਾਂ ਨੇ ਕੀਤੀ ਆ, ਪਰ ਗਲਤੀ ਵੀ ਕੀਤੀ ਉਹਨਾਂ ਨਾਲ, ਪਰ ਬਿਲਗਾ ਜੀ ਦਾ ਮੈਂ ਕਹਿੰਦਾ ਵੀ ਇਹਨਾਂ ਨੇ ਇੱਕ ਗਲਤੀ ਨਹੀਂ ਕੀਤੀ, ਜਿਹੜਾ ਸੰਘਰਸ਼ ਬਹੁਤ ਵਧੀਆ ਚਲਾਇਆ, ਉਹਦੀਆਂ ਇਹਨਾਂ ਦੀ ਬਦੌਲਤ ਜਿਹੜੀ ਅੱਜ ਸਾਨੂੰ ਪ੍ਰਾਪਤੀਆਂ ਪ੍ਰਾਪਤੀਆਂ। ਪਹਿਲਾਂ ਖੇਡਕੀ ਸੀਗਾ, ਚਲੋ ਹੋਰ ਵੀ ਪ੍ਰਧਾਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਨੂੰ ਅਸੀਂ ਲਾਇਆ ਵੀ ਆ। ਜਗਤਾਰ ਖਮਾਣੇ ਨੂੰ ਚੰਦਨ ਸਿੰਘ ਪਾਪ ਕੇ ਨੂੰ ਭਜਾਉਣ ਵਾਲੇ ਰੋਪੜ ਵਾਲੇ ਅਸੀਂ ਸੀਗੇ ਸਾਥੀ, ਉਹਦਾ ਸਾਡੇ ਨੂੰ ਰਾਹ ਦੱਬਿਆ ਕਰਦਾ ਟੱਪ ਕੇ ਭੱਜੇ ਜੰਗ ਹੁੰਦਾ ਸੀ। ਪਰਮਿੰਦਰ ਤੁਹਾਡੇ ਜ਼ਿਲ੍ਹੇ ਤੁਹਾਨੂੰ ਪੁੱਛ ਲਿਓ ਕਦੇ ਕਿ ਇਹ ਰੋਪੜ ਵਾਲੇ ਪਟਿਆਲੇ ਵਾਲੇ ਹਮੇਸ਼ਾ ਆਖਰ ਸਿੰਘ ਨੌੜਾ ਨਹੀਂ ਅੱਜ ਆਇਆ, ਨਹੀਂ ਉਹ ਵੀ ਸਾਥੀ ਬਹੁਤ ਪੁਰਾਣਾ ਸਾਥੀ ਆ, ਅਸੀਂ ਹਮੇਸ਼ਾ ਮੋਹਰੀ ਹੋਰ ਭਾ ਲਿਆ, ਭਾਵੇਂ ਸਾਡਾ ਜ਼ਿਲ੍ਹਾ ਸਭ ਛੋਟਾ ਹੈ, ਪਰ ਅਸੀਂ ਫੰਡ ਪੱਖੋਂ ਵੀ ਜਾਂ ਕਿਤੇ ਵੀ ਹੁਣ ਪੈਨਸ਼ਨ ਦਾ ਮੁੱਦਾ ਚੱਲ ਉੱਥੇ ਬਠਿੰਡੇ ਗਏ ਹਾਂ, ਜਿੰਨੀ ਵੀ ਹਾਜ਼ਰੀ ਲੱਗੀ ਆ। ਸੋ ਇੱਕ ਵਾਰ ਫਿਰ ਵਧਾਈ ਦਿੰਦਾ ਸਾਰੇ ਸਾਥੀਆਂ ਨੂੰ, ਅਤੇ ਅਪੀਲ ਕਰਦਾ ਜੀ ਤੁਸੀਂ ਦੱਸਦੇ ਯਾਦਗਾਰੀ ਹਾਲ 'ਚ ਬੈਠੇ ਹਾਂ, ਸਾਰਿਆਂ ਨਾਲ ਪ੍ਰਣ ਕਰਕੇ ਜਾਣਾ ਜੀ, ਅਸੀਂ ਜਿਹੜੀ ਆਉਣ ਵਾਲੀ ਲੜਾਈ ਆ ਇਮਾਨਦਾਰੀ ਨਾਲ ਲੜਨੀ ਆ, ਅਤੇ ਸਾਥੀਆਂ ਨੂੰ ਜੋੜਨਾ, ਅਤੇ ਇਸ ਤਰ੍ਹਾਂ ਜੋੜਨਾ ਕਿ ਸਾਨੂੰ ਕੋਈ ਗੱਲ ਉਂਗਲੀ ਨਾਲ ਚੱਕ ਸਕੇ। ਸਾਡਾ ਜਿਹੜਾ ਕੇਡਰ ਤੁਸੀਂ ਸਾਰੇ ਸਾਥੀਆਂ ਨੂੰ ਸਹਿਕਾਰਾਂ 'ਚ ਬੈਠਾ, ਤੁਹਾਨੂੰ ਸਾਥੀ ਕੰਮ ਤੋਂ ਲੱਗੀ ਪਤਾ ਨਹੀਂ ਲੱਗਦਾ, ਪਰ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੰਨਾ, ਤੁਸੀਂ ਹਰ ਗੱਲ ਤੁਹਾਡੀ ਸਕਿੰਟਾਂ 'ਚ ਸਾਰੇ ਪੰਜਾਬ, ਮੈਂ ਕਹਿੰਦਾ ਇੰਡੀਆ, ਪੂਰੇ ਦੁਨੀਆਂ 'ਚ ਧੁੰਮ ਜਾਂਦੀ ਆ। ਇਹ ਕਹਿੰਦੀਆਂ ਲੋੜ ਨਹੀਂ ਜਿਹੜੇ ਸਾਥੀ ਜਾਂਦੇ ਘਰਾਂ 'ਚ ਬੈਠੇ ਉਹਨੂੰ ਪਤਾ ਨਹੀਂ ਲੱਗਦਾ ਕੌਣ ਪ੍ਰਧਾਨ ਆ। ਮੈਂ ਕਹਿੰਦਾ ਸਾਰਾ ਕੁਝ ਪਤਾ, ਸੋਸ਼ਲ ਮੀਡੀਆ 'ਚ ਸਭ ਤੋਂ ਵੱਡੀ ਤਾਕਤ ਆ ਸੋਸ਼ਲ ਮੀਡੀਆ, ਉਸਦੇ ਰਾਹੀਂ ਅਸੀਂ ਜਿਹੜੀ ਆਪਣੀ ਹਰ ਗੱਲ ਆ ਸਾਡਾ ਜਿਹੜਾ ਕੇਡਰ ਆ ਉਹਨੂੰ ਤੱਕ ਪਹੁੰਚਾ ਸਕਦੇ ਹਾਂ। ਸੋਸ਼ਲ ਮੀਡੀਆ ਸਾਇਦ ਨਾਲ ਆਪਣੇ ਬਹੁਤਾ ਕੁਝ ਨਾਲ ਕਹਿੰਦਾ ਹੋਇਆ, ਜਿਹੜੇ ਨਵੇਂ ਜ਼ਿਲ੍ਹੇ ਨੂੰ ਮੈਂ ਦੁਬਾਰ ਜਵਾਬ ਦਿੰਦਾ ਹੋਇਆ, ਅਤੇ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੇ ਮੁੱਖੀ ਜਿਹੜੀ ਆਪਣੀ ਤਾਕਤ ਜਿਹੜਾ ਮੁੱਖੀ ਚਾਹੁੰਦੀ ਆ, ਤੁਸੀਂ ਤਰ੍ਹਾਂ ਮੁੱਖੀ ਬਣ ਕੇ ਚੱਲਣਾ, ਆਪਣੇ ਸਾਡੇ ਪ੍ਰਧਾਨ ਜੀ ਦੀਆਂ ਬਾਹਾਂ ਬਣ ਕੇ ਚੱਲਣਾ। ਸੋ ਬਹੁਤਾ ਕੁਝ ਨਾਲ ਕਹਿੰਦਾ ਹੋਇਆ, ਇਹਨਾਂ ਨੂੰ ਸਾਰੇ ਦੁਬਾਰ ਜਵਾਬ ਧੰਨਵਾਦ ਜੀ ਕਿਹਾ ਜਾਂਦਾ ਜੈਸ ਘਰ ਦੇ ਚਲਾਕ ਨੂੰ। ਸਾਡਾ ਜਿਹੜਾ ਬੀਐਡ ਫਰੰਟ ਦਾ ਇਤਿਹਾਸ ਵਾ ਬਹੁਤ ਮਾਣ ਮੱਤਾ ਦੇ ਖਾਣ ਮੱਤਾ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਇਹ ਜਿਹੜੇ ਸਿਰਫ ਇੱਕ ਗੱਲ ਸੀ, ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਵਾਂ ਕਿ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਲਿਖਿਆ ਮਨ ਤੋਂ ਜੋਤ ਹੈ ਆਪਣਾ ਮੂਲ ਪਛਾਣ, ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਕੇਡਰ ਹੈ ਨਾ ਆਪਣੇ ਆਪ ਨੂੰ ਪਛਾਣ ਵੀ ਰਿਹਾ, ਉਹ ਨਹੀਂ ਸੋਚ ਰਿਹਾ ਸਮਝ ਨਹੀਂ ਪਾ ਰਿਹਾ ਕਿ ਅਸੀਂ ਕਿੰਨੇ ਯੋਗ ਆ, ਕਿਉਂ ਕਿਉਂਕਿ ਥੋੜ੍ਹੀ ਦੇਰ ਅਸੀਂ ਪੈਸੇ ਹੋ ਗਏ, ਰੈਗੂਲਰ ਹੋਣ ਤੋਂ ਬਾਅਦ ਆਪਾਂ ਕਾਫੀ ਜਿਹੜਾ ਸਾਡਾ ਵਰਤਾਲ ਹੋ ਗਿਆ, ਉਸ ਤੋਂ ਬਾਅਦ ਜਦੋਂ ਸਮਿਓਰਟੀ ਦਾ ਕੇਸ ਲੱਗਾ ਆਪਾਂ ਦੁਬਾਰਾ ਉਸ ਚੀਜ਼ ਨੇ ਸਾਨੂੰ ਜਿਹੜਾ ਇਕੱਠਾ ਕਰਤਾ, ਅਤੇ ਅੱਜ ਦਾ ਜਿਹੜਾ ਇਕੱਠ ਆ ਜਿਸ ਤਰ੍ਹਾਂ ਹੋਰ ਵੀ ਸਾਡੇ ਨਾਲ ਜ਼ਿਲ੍ਹੇ ਜੁੜੇ ਆ ਬੜੀ ਖੁਸ਼ੀ ਹੋਈ, ਅਤੇ
ਤੇ ਨਾਲ ਦੀ ਨਾਲ ਹੀ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਸਾਡਾ ਟ੍ਰਾਂਸਪੇਰੈਂਟ ਕੰਮ ਚੱਲਦਾ ਵਾ। ਉੱਥੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਆ, ਕਿਉਂਕਿ ਬਾਕੀ ਬੁਲਾਰਿਆਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ। ਕੰਮ ਕਾਹਦਾ ਵਾ, ਲੜਾਈ ਕਾਹਦੀ, ਜਦੋਂ ਹੋ ਜਾਂਦੀ ਆ ਕੁਰਸੀ ਵੀ ਉਦੋਂ ਸਭ ਕੁਝ ਖਰਾਬ ਹੋ ਜਾਂਦਾ। ਤਾਂ ਜਦੋਂ ਬੰਦਾ ਇਹ ਕਹਿੰਦਾ ਵਾ ਵੀ ਮੈਂ ਆਪਣੇ ਲਈ ਆਪਣੇ ਲੀਡਰ ਦੇ ਲਈ ਕੁਛ ਕਰਨਾ ਵਾ, ਇਹ ਸਭ ਤੋਂ ਸਹੀ ਨਹੀਂ ਲੱਗਦਾ। ਅਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਰੇ ਹੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਕੋਰੇ ਦੇ ਵਿੱਚ ਪੱਕ ਕੇ ਸਾਰੇ ਸੋਨਾ ਬਣ ਗਏ ਸਾਰੇ। ਸਾਡੇ ਵਿੱਚ ਬਹੁਤ ਤਾਕਤ ਵਾ, ਬਸ ਉਹ ਖੇਤਰ ਦੇ ਵਿੱਚ ਵੀ ਬੜੀ ਤਾਕਤ ਵਾ, ਉਹਨੂੰ ਦਿਸ਼ਾ ਦੇਣ ਦੀ ਲੋੜ ਆ, ਇਕੱਠਾ ਕਰਨ ਦੀ ਲੋੜ ਆ। ਪਰ ਅਸੀਂ ਥੋੜ੍ਹਾ ਜਿਹੜਾ ਵਾ ਸਾਡੇ ਕੁਝ ਬੰਦੇ ਜਿਹੜੇ ਉਹ ਨਜ਼ਮੀਨਾਂ ਦੇ ਵਿੱਚ ਵੀ ਚਲੇ ਗਏ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਸਾਰੇ ਜ਼ਿੰਮੇਵਾਰ ਹਾਂ। ਅਤੇ ਜੇ ਗਏ ਆ ਤਾਂ ਆਪਾਂ ਉਹਨਾਂ ਨੂੰ ਦੁਬਾਰਾ ਵਾਪਸ ਵੀ ਆਪ ਹੀ ਲਿਆਉਣਾ ਵਾ, ਜੇ ਗਲਤੀ ਸਾਡੀ ਆ ਤਾਂ ਸੁਧਾਰਨਾ ਵੀ ਆਪ ਹੀ ਆ। ਅਤੇ ਆਪਾਂ ਸਾਰੇ ਹੀ ਹਮਲਾ ਮਾਰ ਕੇ ਬੜੀਆਂ ਜਿੱਤਾਂ ਆਪਾਂ ਦਿੱਤੀਆਂ ਵਾ ਅਤੇ ਪਰਮਾਤਮਾ ਦੇ ਨਾਲ ਆਪਾਂ ਜਿੱਤਾਂਗੇ ਵੀ ਅੱਗੇ, ਠੀਕ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਡਾ ਜਾਗਦਾ ਵੀ ਸਾਡਾ ਦੇ ਆਪ ਖਤਰਾ ਜਿੰਦਾਬਾਦ, ਸਾਡਾ ਦੇ ਆਪ ਖਤਰਾ ਜਿੰਦਾਬਾਦ। ਗੱਲਾਂ ਬਾਤਾਂ ਬਹੁਤ ਹੋਈਆਂ ਨੇ, ਜਿਹੜੀ ਮੇਨ ਆਪਾਂ ਸੈਕਟਰ ਹੋਏ ਹਾਂ ਪ੍ਰਾਪਤੀਆਂ ਆਪਣੀਆਂ ਬੀ ਐਡ ਅਧਿਆਪਕ ਦੀਆਂ ਜਾਤੀਆਂ ਬਹੁਤ ਜ਼ਿਆਦਾ, ਉਹਨਾਂ ਪ੍ਰਾਪਤੀਆਂ ਨੂੰ ਅੱਗੇ ਵੀ ਆਪਾਂ ਉਸੇ ਤਰੀਕੇ ਨਾਲ ਜਾਰੀ ਰੱਖਣ ਦੇ ਲਈ ਜਿਹੜੀ ਬਹੁਤ ਮੁੱਖ ਲੜਾਈ ਆ। ਹੁਣ ਇੱਕ ਤਾਂ ਆਪਾਂ ਕਹਿੰਦੇ ਪੇ ਕਮਿਸ਼ਨ ਦੀ, ਪੇ ਕਮਿਸ਼ਨ ਅਤੇ ਪੁਰਾਣੀ ਅਤੇ ਦੋ ਮੁੱਖ ਮੰਗਾਂ ਨੇ ਜਿਹਦੇ ਉੱਤੇ ਆਪਾਂ ਲੜ ਸਕਦੇ ਹਾਂ, ਲੜਿਆ ਜਾ ਸਕਦਾ। ਜਿਹੜੀ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਆ, ਉਹ ਪੰਜਾਬ ਦੇ ਉੱਪਰ ਪੁਰਾਣੀ ਪੈਨਸ਼ਨ ਰਾਸ਼ਟਰ ਬਹਾਲੀ ਕਮੇਟੀ ਹੋਈ ਹੈ, ਸਾਰੇ ਜਾਣਦੇ ਹੋ ਸਾਰੇ ਪਾਸੀ ਲਗਭਗ ਉਹਦੇ ਵਿੱਚ ਮੈਂਬਰ ਨੇ। ਅਤੇ ਜਿਹੜੀ ਉਹਦੀ ਪੈਨਸ਼ਨ ਨੇ ਜਸਵੀਰ ਸਿੰਘ ਕਰਵਾੜਾ ਜੀ, ਉਹ ਦੂਜਾ ਅਧਿਆਪਕ ਫੰਡ ਪੰਜਾਬ ਦੇ ਜੁਝਾਰੂ ਪਾਸੀ ਸੀ, ਉਹ ਪਾਸੋਂ ਛੁੱਟੀ ਲੈ ਕੇ ਗਏ ਆ, ਇਹਨੂੰ ਕਹਿੰਦੇ ਵੀ ਅਸੀਂ ਉਹ ਲੜਾਈ ਕਰਨਾ ਚਾਹੁੰਦੇ ਹਾਂ, ਕਰਨਾ ਚਾਹੁੰਦੇ ਹਾਂ। ਉਹ ਲੀਡ ਕਰ ਵੀ ਰਹੇ ਆ, ਹਸਪਤਾਲ ਹੋ ਗਏ ਆ, ਉਹ ਲੀਡ ਕਰ ਵੀ ਰਹੇ ਆ। ਪਹਿਲਾਂ ਉਹਨਾਂ ਨੇ ਕਨਵੈਨਸ਼ਨਾਂ ਕਰਾਈਆਂ ਆਲ ਇੰਡੀਆ ਤੱਕ, ਉਹ ਘੁੰਮੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਆਪਣੇ ਮਤਲਬ ਇਸ ਖੇਡ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਕਵਰ ਕਰ ਦਿੱਤਾ। ਇੰਡੀਆ ਦੇ ਅੱਜ ਵੀ ਉਹ ਦ੍ਰਿੜ ਇਰਾਦੇ ਨਾਲ ਚੱਲ ਰਹੇ ਆ। ਕੋਵਿਡ ਦੇ ਕਾਰਨਾਂ ਕਰਕੇ ਪ੍ਰੋਗਰਾਮ ਨਹੀਂ ਦਿੱਤੇ ਜਾ ਰਹੇ ਸੀ, ਪਰ ਉਹਨਾਂ ਨੇ ਪ੍ਰੋਗਰਾਮ ਜਿਹੜਾ ਦਿੱਤਾ ਪੁਰਾਣੀ ਪੈਨਸ਼ਨ ਬਹਾਲੀ ਪੰਜਾਬ ਦੇ ਨਾਂ ਦੇ ਉੱਤੇ ਬਠਿੰਡਾ ਵਿਖੇ ਹੋਇਆ। ਮਾਣ ਵਾਲੀ ਇਹ ਗੱਲ ਆ, 23 ਜ਼ਿਲ੍ਹਿਆਂ ਦੇ ਵਿੱਚੋਂ 21 ਜ਼ਿਲ੍ਹੇ ਉਹ ਵੀ ਇੱਕ ਘੰਟੇ ਥੱਲੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਕਿਤੇ ਦੇ ਵੀ ਕਿਸੇ ਵੀ ਜਥੇਬੰਦੀ ਦਾ ਝੰਡਾ ਨਹੀਂ ਲਾਇਆ। ਅਤੇ ਉਸ ਕਮੇਟੀ ਦੇ ਵਿੱਚ ਜਿਹੜੀ ਲੀਡ ਕਰ ਰਹੇ ਨੇ ਬੀ ਐਡ ਦੇ ਅੱਠ ਫੰਡ ਦੇ ਹੀ ਜਿਹੜਾ ਕਮਿਸ਼ਨ ਦਿੱਤਾ, ਅਤੇ ਮਾਣ ਦੀ ਗੱਲ ਆ ਅਤੇ ਸਾਰਾ ਪੰਜਾਬ ਇਸ ਗੱਲ ਨਾਲ ਇਸ ਨਜ਼ਰੀਏ ਨੇ ਤੱਕ ਰਿਹਾ ਵਾ ਕਿ ਬੀ ਐਡ ਦੇ ਅੱਠ ਫੰਡ ਪੁਰਾਣੀ ਅਗਵਾਈ ਕਰ ਰਿਹਾ, ਕੁਛ ਨਾ ਕੁਛ ਉਹ ਪ੍ਰਾਪਤ ਕਰਦੀ ਹੈ। ਇਹ ਗੱਲਾਂ ਜਿੰਨੀਆਂ ਵੀ ਜਿੰਨੀਆਂ ਜਥੇਬੰਦੀਆਂ ਨੇ ਉਹ ਕਹਿ ਰਹੀਆਂ ਨੇ ਲੀਡ ਕਰੋ ਲੜੋ। ਇੱਕ ਇਹ ਅਜਿਹਾ ਮੁੱਦਾ ਜਿਹਦਾ ਘੇਰਾ ਬਹੁਤ ਵਿਸ਼ਾਲ ਆ, ਲਗਭਗ 1,83,000 ਮੁਲਾਜ਼ਮਾਂ ਪੰਜਾਬ ਦੇ ਜਿਹੜੇ ਇਸ ਘੇਰੇ ਨੇ। ਅਤੇ ਆਪਾਂ ਨੂੰ ਜਿਹੜਾ ਸਮਾਂ ਵਾ, ਕਿਉਂਕਿ ਇਹ ਸਟੇਟ ਗੌਰਮੈਂਟ ਦਾ ਮੁੱਦਾ, ਸਾਨੂੰ ਸਟੇਟ ਗੌਰਮੈਂਟ ਦਾ ਮੁੱਦਾ ਅਤੇ ਜਿਹੜੀ ਕਾਂਗਰਸ ਆ, ਕਾਂਗਰਸ ਇੱਥੇ ਸਰਕਾਰ ਚਲਾ ਰਹੀ ਆ ਅਤੇ ਉਹ ਮਤਲਬ ਉਹਨਾਂ ਦਾ ਜਿਹੜਾ ਪ੍ਰਧਾਨ ਆ ਰਾਹੁਲ ਗਾਂਧੀ, ਉਹ ਕਹਿੰਦਾ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ। ਤਾਂ ਸਾਡੇ ਲਈ ਇਹ ਸੁਨਹਿਰੀ ਮੌਕਾ ਵੀ 31/12/2021 ਤੱਕ 6 ਮਹੀਨੇ ਦਾ, ਲਗਭਗ 5 ਮਹੀਨੇ ਰਹਿ ਗਏ ਆ, ਵੀ ਇੰਨੀ ਸ਼ਿੱਦਤ ਨਾਲ ਲੜੀਏ ਅਤੇ ਜਿਹੜਾ ਬੀ ਐਡ ਦੇ ਫਰੰਟ ਆ ਉਹ ਲੀਡ ਕਰੇ ਇਸ ਪੈਨਸ਼ਨ ਦੇ ਮੁੱਦੇ ਦੇ ਉੱਤੇ। ਲੀਡ ਕਰਦਾ ਹੋਇਆ ਲੜੇ ਅਤੇ ਨਾਲ ਜਿੰਨੇ ਵੀ ਉਹ ਭਰਤੀ ਹੋਏ ਆ, ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਜੋੜੀਏ, ਉਹਨਾਂ ਦੇ ਕਾਡਰ ਨੂੰ ਲੈ ਕੇ ਆਈਏ, ਜੋੜੀਏ ਨਾਲ, ਜੋੜ ਕੇ ਅਤੇ ਆਪਾਂ ਲੜੀਏ। ਅਤੇ ਲੜੀਏ ਲੈ ਕੇ ਇਹ ਜਿਹੜੀ ਮੰਗ ਆ ਸਭ ਤੋਂ ਵੱਡੀ ਮੰਗ ਆ ਸਾਡੀ, ਕਿਉਂਕਿ ਸਭ ਤੋਂ ਛੇਤੀ ਜਿਹੜੀਆਂ ਰਿਟਾਇਰਮੈਂਟਾਂ ਨੇ ਸਾਡੇ ਸਾਥੀ ਅਤੇ ਕਿਹੜੇ ਇੱਥੇ ਲਿਖ ਰਹੇ ਆ, ਕੋਈ 24 'ਚ ਰਿਟਾਇਰ ਹੋ ਜਾਣਾ, ਕੋਈ 25 'ਚ ਹੋ ਜਾਣਾ, ਕੋਈ 26 'ਚ ਹੋ ਜਾਣਾ, ਕੋਈ 22, ਇਹ ਲੜਨ ਦਾ ਵੇਲਾ। ਜੇ ਆ ਨਾ 6 ਮਹੀਨੇ ਲੜੇ ਫਿਰ ਅਗਲੇ 5 ਸਾਲਾਂ ਦੀ ਸਰਕਾਰ ਦੇ ਮੂੰਹ ਹੱਥ ਚੱਕ,
एक ये गुजारिश आ साडे जिले नहीं तो यह हमेशा ही क्या रहा कि लड़िए कि आपको लड़ना ही पैना तैयारी भी अभी मतलब जी है वो जंगी पद्धर से शुरू करती आ ब्लॉकों के आप संगठन भी कर रहे हैं नाल होर भी साथी जिन्हें भी इस घेरे के आते उन्होंने जोड़ रहे हैं उन्होंने तालमेल बना रहे हैं कि आपको इस चीज़ उत्ते लड़ना चाहिए वा तो मेरी भी इतने गुजारिश है थोड़े सारे से कि आपू सारू इस मुद्दे के उपर जरूर लड़ना चाहिए वा मान की गल अध्यापक अगवाई कर रहा वह जो झंडा बुलंदा वो रहूगा आ चेहरे आ जोड़े इतने बैठे थोड़े आह ये चेहरे बुलंद ही रहने तो बुलंद रहने जो अभी वर्क करा जोड़ा वर्क करूँगा वो अगे जाऊगा जे अभी घर बैठा तो सूँ कहीं नहीं पुछना कोई नहीं पुछता वह कहना भी तुम्हें की प्रोग्राम दिता कोई एक्शन दिता डांग स्फूर्ति चलाई अजे प्रोग्राम दिते चाहिए जी थोड़ा सारा का बहुत बहुत धन्यवाद तुम आए हो घेरा विशाल किया वा यही अपेक्षा करते हैं जी सारों को भी आप लड़ा एक झंडे थले एक मंग थले सारा परिवार को पिछले मिले होंगे मुद्दा भी क्योंकि मैं साथ मेरा रात ही एक कमी खंड की रही थी अभी कहीं ना कहीं कमी हो रही है कल डिस्कस किए बड़ा मुद्दा जरा पेंशन जीवन गल की सिक्योरिटी को लैके जोड़ा वा उन्हें क्योंकि फैक्ट्री चलना चाहिए उस बाद एक होर मुद्दा नोट करना भी जरा जो बंदे साढ़े एच डी एस सी एच डी डायरेक्टर थे हो रहा कि उन्होंने नाल बहुत ज़्यादा धक्का आ रहा क्योंकि प्रमोशन ना ही भाग ही डायरेक्ट 30% होया कि उन्होंने फिर तो नए रूल लागू करके उन्होंने फिर पा के आर्थिक होर बहुत सारे पिंडी जो उस बाद साढ़े पिछले जी वेटिंग आ गई मेरे पिछले साथी वेटिंग आ उन्होंने सेंटर का पे कि नहीं तोड़ता इन चीज़ा जड़िया वा क्योंकि वो साडा ही साढ़े परिवार का भाग आ उन्होंने लड़ाई ही अभी लड़नी है भावें अभी टीम से लैके प्रिंसीपल तक साढ़े बंदे हर कल सैकेंडरी दंगा वाले लैक्चर बाकी सारे मतलब ये चीज़ा भी हम जिदा परिवार का विकास नवा साड़ी जिम्मेदारियां बन गई और मतलब हर साढ़े सारे केंद्र के जितने भी कोई समस्या मोशन दी है मीडिया दी है वो बाहर ही मुकाल लाइन करना पड़ा मैं ना कुछ साझे मोर्चे भी देखने हैं जो और पर्सनली चीज़ा भी चुकते हैं खाने चुके चार साल भी लगी वो भी कहीं जन्ने पा लेते हैं इनके चीज़ा भी क्योंकि हम बहुत पेंशन लावा होर बटे मेरे रह गए सामने कुछ भी जो छोटी छोटी गल् वा मैं देना होंगे जोड़े भी फेस करनी चाहिए हम छोटी हजिया मतलब मेरा आह काम नहीं हो रहा उन्होंने भी तौड़ साढ़े तक क्योंकि साढ़े तक खाद सी ये चीज़ा भी आने वाले समय आप देखी हैं तो एक लीडिंग रोल अदा करना क्योंकि जिम्मेदारी ये साथी ये वाला विश्वास करके आए हैं साड़ी ना जिम्मेवारी होर कई गुणा बद गई कि बाकी अपना समाज में भार रखिए कला फाटा मेरे सारे डिस्टर्ब में बाकी अगली कार्रवाई धन्यवाद हर एक तो चार कर उस समय नहीं उस समय भी सिर्फ और जिले के सारे दिन 12 जने थे और अपने धरने के उ सारे ही 12 जने बैठे थे उन्होंने उदों तो लैके हूँ तक भाईचंद जी जी जो जिला प्रधान आसमी सिंह है वो दिन रात इन काम कर रहे हैं हर जो भी स्टेट वालों कॉल आई है जो मीटिंग है हर बार उन्होंने स्पीडिंग की है ऐसी कल बई जी ने मैं कॉल की हर चीज़ की नाल धन्यवाद करता इन्हों का भी जो सारी जथेबंदी का भी जेडे आप मिल के चल रहे हैं स्टेट लैवल से किसी भी जथेबंदी का कोई धरना होंगे वो अपनी जथेबंदी की नुमाइंदगी पत्थर पर आप लीड नहीं कर रहे लोड़ है हूँ आपके होकर लीड कर क्योंकि मसले जोड़े है ये नहीं मैं कहना कि तुम साढ़े को आए हो अच्छे को आए हैं आप एक साझी जगह से इकट्ठे हुए क्योंकि एक मैनू नहीं सही लगता है ना कि यह कहना कि तुम सही थी गलती आप हूँ अच्छी सही सोच रहे हो सारे कि आप इकट्ठे हैं एक सोच को लैके अगे बढ़ रहे हैं ये बहुत गलत साझी पहला कर चुके हैं वो गल् मैं दोहरावा नहीं बार बार मैं अपने जिले वालों कुछ जो मंगा ने ना जो मुलाजा लैके आप करना चाहिए वो बारे गल करनी चाहना एक तो
ਪਰ ਮੈਂ ਇੱਕ ਪਿੱਛੇ ਕਾਫੀ ਗੱਲਾਂ ਹੋਈਆਂ ਨੇ ਉਹ ਗੱਲ ਇੱਕ ਮੈਨੂੰ ਯਾਦ ਆ ਗਈ ਵੀ ਇਦਾਂ ਵੀਰ ਦੀ ਗੱਲ ਕਰ ਰਹੇ ਸੀ ਉਹ ਚੱਲ ਛੁੱਟ ਜਾਂਦੀ ਉਹ ਗੱਲ ਦੁਬਾਰਾ ਕਰ ਦਿਆ ਮੈਂ ਤੁਹਾਨੂੰ ਯਾਦ ਹੋਊਗਾ सेंटर जी एक मिनट खड़ गए I go.